ਆ ਜਾਓ ਡਿੰਪੀ ਚੰਦ ਭਾਨ ਦੇ ਘਰੇ ਚੱਲਦੇ ਹਾਂ ਜੀ, ਪਰਿਵਾਰ ਨਾਲ ਗੱਲਬਾਤ ਕਰਾਉਂਦੇ ਹਾਂ। ਸਾਹਮਣੇ ਤੁਸੀਂ ਘਰ ਦੇਖ ਰਹੇ ਹੋ ਡਿੰਪੀ ਚੰਦ ਭਾਨ ਦਾ। ਸਿੱਧੂ ਮੂਸੇਵਾਲੇ ਨੇ ਵੀ ਗਾਣਾ ਗਾਇਆ ਸੀ ਕਿ ਟੇਢੀ ਪੱਗ ਬੰਨਾ ਡਿੰਪੀ ਚੰਦ ਭਾਨ ਵਰਗੀ। ਸੋ ਦੋਸਤੋ, 1995 ਦੇ ਵਿੱਚ ਜੋ ਗੈਂਗਸਟਰ ਦੀ ਦੁਨੀਆ ਦੇ ਵਿੱਚ ਡਿੰਪੀ ਚੰਦ ਭਾਨ ਨੇ ਪੈਰ ਰੱਖਿਆ ਸੀ, ਅਤੇ ਚੰਡੀਗੜ੍ਹ ਦੇ ਵਿੱਚ ਜੋ ਇਹਨਾਂ ਨੇ ਜੋ ਗੈਂਗਸਟਰ ਸੀਗਾ ਆਪਣਾ ਜੋ ਗਰੁੱਪ ਸੀਗਾ ਚੰਡੀਗੜ੍ਹ ਤੋਂ ਸ਼ੁਰੂ ਕੀਤਾ ਸੀ, ਚੰਡੀਗੜ੍ਹ ਦੇ ਵਿੱਚ ਚਲਾਇਆ। ਹਾਲਾਂਕਿ ਉੱਥੇ ਕਿਸੇ ਵੀ ਯੂਨੀਵਰਸਿਟੀ ਜਾਂ ਕਿਸੇ ਵੀ ਕਾਲਜ ਦੇ ਵਿੱਚ ਡਿੰਪੀ ਚੰਦ ਭਾਨ ਦਾ ਕੋਈ ਨਾਮ ਜਾਂ ਐਡਮਿਸ਼ਨ ਨਹੀਂ ਸੀ, ਪਰ ਫਿਰ ਵੀ ਉਹਨਾਂ ਸਕੂਲਾਂ ਕਾਲਜਾਂ ਅਤੇ ਉਹਨਾਂ ਜਿਹੜੇ ਯੂਨੀਵਰਸਿਟੀ ਆ ਉੱਥੇ ਕਾਫੀ ਵੱਡਾ ਨਾਮ ਬਣ ਚੁੱਕਿਆ ਸੀ ਡਿੰਪੀ ਚੰਦ ਭਾਨ ਦਾ। ਅਤੇ ਉਸ ਤੋਂ ਬਾਅਦ 2006 ਦੇ ਵਿੱਚ ਦੋ ਬਾਈਕ ਸਵਾਰਾਂ ਨੇ ਸੁਖਨਾ ਲੇਕ ਚੰਡੀਗੜ੍ਹ ਦੇ ਵਿੱਚ ਇਹਨਾਂ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੀ ਸੀ। ਅਤੇ ਆ ਦੋਸਤੋ ਡਿੰਪੀ ਚੰਦ ਭਾਨ ਦਾ ਪਿੰਡ ਹੈ। ਸਿੱਧੂ ਮੂਸੇਵਾਲੇ ਨੇ ਵੀ ਨਾਮ ਲਿਆ ਸੀ ਆਪਣੇ ਗਾਣੇ ਦੇ ਵਿੱਚ ਕਿ ਟੇਢੀ ਪੱਗ ਬੰਨਾ ਡਿੰਪੀ ਚੰਦ ਭਾਨ ਵਰਗੀ, ਇੰਡਸਟਰੀ 'ਚ ਠੁੱਕ ਸਲਮਾਨ ਵਰਗੀ। ਤਾਂ ਦੋਸਤੋ ਗੈਂਗਸਟਰ ਬਾਅਦ ਦੀ ਦੁਨੀਆ ਦੇ ਵਿੱਚ ਇੱਕ ਬਹੁਤ ਵੱਡਾ ਨਾਮ ਸੀ ਡਿੰਪੀ ਚੰਦ ਭਾਨ ਦਾ। ਸੋ ਉਹੀ ਚੰਦ ਭਾਨ ਡਿੰਪੀ ਚੰਦ ਭਾਨ ਦੇ ਪਿੰਡ ਪਹੁੰਚੇ ਹਾਂ। ਜੇਕਰ ਆਪਾਂ ਪਿੰਡ ਦੀ ਗੱਲ ਕਰੀਏ ਤਾਂ ਇਹ ਪਿੰਡ ਗੋਨਿਆਣਾ ਅਤੇ ਜੈਤੋ ਰੋਡ ਦੇ ਉੱਤੇ ਹੈ ਜੀ। ਗੋਨਿਆਣਾ ਤੋਂ ਜਾਂ ਜੈਤੋ ਜਾਈਏ ਜਾਂ ਫਿਰ ਜੈਤੋ ਤੋਂ ਗੋਨਿਆਣਾ ਜਾਈਏ, ਵਿਚਕਾਰ ਜੇ ਪੈ ਜਾਂਦਾ, ਦੋਨੇ ਸ਼ਹਿਰਾਂ ਦੇ ਵਿਚਕਾਰ ਜੇ ਪੈਂਦਾ ਗੋਨਿਆਣਾ, ਜੋ ਅੰਮ੍ਰਿਤ ਮਾਨ ਗੋਨਿਆਣੇ ਤੋਂ ਉਹਨਾਂ ਦਾ ਸ਼ਹਿਰ ਹੈ ਜੀ, ਉਹ ਤੋਂ ਅਤੇ ਜੈਤੋ ਨੂੰ ਜਾਈਏ ਜਾਂ ਜੈਤੋ ਤੋਂ ਗੋਨਿਆਣੇ ਨੂੰ ਜਾਈਏ ਤਾਂ ਵਿਚਕਾਰ ਜੇ ਪਿੰਡ ਪੈ ਜਾਂਦਾ। ਪਿੰਡ ਵਧੀਆ ਬਣਿਆ ਹੋਇਆ, ਬਹੁਤ ਖੂਬਸੂਰਤ, ਬਹੁਤ ਸੋਹਣਾ ਪਿੰਡ ਹੈ ਜੀ। ਅਤੇ ਆ ਜਾਓ ਆਪਾਂ ਚੰਦ ਭਾਨ ਡਿੰਪੀ ਚੰਦ ਭਾਨ ਦੇ ਘਰੇ ਚੱਲਾਂਗੇ ਜੀ। ਪਿੰਡ ਦਾ ਨਾਮ ਹੈ ਜੀ ਚੰਦ ਭਾਨ, ਅਤੇ ਡਿੰਪੀ ਦੇ ਘਰੇ ਚੱਲਾਂਗੇ ਆਪਾਂ। ਅਤੇ ਪਰਿਵਾਰ ਨਾਲ ਜੇ ਹੋ ਸਕਿਆ ਅਤੇ ਪਿੰਡ ਦੇ ਲੋਕਾਂ ਨਾਲ ਵੀ ਜੇ ਹੋ ਸਕਿਆ ਤਾਂ ਤੁਹਾਡੀ ਗੱਲਬਾਤ ਜ਼ਰੂਰ ਕਰਵਾਵਾਂਗੇ। ਤਾਂ ਆਹ ਦੇਖ ਸਕਦੇ ਹੋ ਤੁਸੀਂ, ਇਹ ਪੂਰਾ ਘਰ ਇੱਥੋਂ ਲੈ ਕੇ ਉਹ ਅੱਗੇ ਤੱਕ ਇਹ ਸਾਰਾ ਡਿੰਪੀ ਦਾ ਘਰ ਹੈ ਜੀ। ਪੂਰਾ ਵੱਡਾ ਗੇਟ ਲੱਗਿਆ ਹੋਇਆ ਅਤੇ ਪੂਰਾ ਇਸ ਤਰ੍ਹਾਂ ਦਾ ਜਿਹੜਾ ਬਣਿਆ ਹੋਇਆ। ਆ ਜਾਓ ਆਪਾਂ ਨੀਚੇ ਜਾ ਕੇ ਤੁਹਾਡੀ ਜਿਹੜੀ ਗੱਲਬਾਤ ਕਰਵਾਵਾਂਗੇ। ਆਹ ਨੀਂਹ ਪੱਥਰ ਵੀ ਲਿਖਿਆ ਜੀ, ਲਿਖਿਆ ਹੋਇਆ ਜੀ, ਰੱਖਿਆ ਹੋਇਆ ਤਾਂ ਤੁਸੀਂ ਦੇਖ ਸਕਦੇ ਹੋ। ਇਹ ਪੂਰਾ ਜਿਹੜਾ ਬਾਹਰ ਦਾ, ਇਹ ਦੂਜੇ ਛੋਰ ਤੋਂ ਆਪਾਂ ਤੁਹਾਨੂੰ ਦਿਖਾ ਰਹੇ ਹਾਂ, ਦੂਜੇ ਸਿਰੇ ਤੋਂ ਇਹ ਘਰ। ਅਤੇ ਇੱਥੇ ਡਿੰਪੀ ਚੰਦ ਭਾਨ ਦਾ ਜਿਹੜਾ ਨਾਮ ਵੀ ਲਿਖਿਆ ਹੋਇਆ, ਅਤੇ ਇਹਨਾਂ ਦਾ ਜਿਹੜਾ ਪੂਰਾ ਨਾਮ ਹੈ ਪ੍ਰਭਜਿੰਦਰ ਸਿੰਘ ਡਿੰਪੀ ਬਰਾੜ, ਇਹਨਾਂ ਦਾ ਪੂਰਾ ਨਾਮ ਹੈ। ਅਤੇ ਆਓ ਆਪਾਂ ਥੱਲੇ ਉਤਰ ਕੇ ਗੱਲਬਾਤ ਕਰਦੇ ਹਾਂ। ਅਤੇ ਦੋਸਤੋ ਆ ਤੁਸੀਂ ਦੇਖ ਸਕਦੇ ਹੋ, ਬਾਕੀ ਆਪਾਂ ਹੁਣੀ ਜਿਹੜਾ ਇਹਨਾਂ ਦੇ ਪਰਿਵਾਰ ਨਾਲ ਗੇਟ ਖੁਲਾਉਣ ਦੀ ਕੋਸ਼ਿਸ਼ ਕੀਤੀ, ਪਰਿਵਾਰ ਨਾਲ ਗੱਲਬਾਤ ਕੀਤੀ, ਅਤੇ ਕੋਈ ਵੀ ਜੋ ਡਿੰਪੀ ਚੰਦ ਭਾਨ ਜੀ ਨੇ ਉਹਨਾਂ ਦੇ ਬਾਰੇ ਕੋਈ ਵੀ ਬੋਲਣਾ ਮਤਲਬ ਇੱਥੇ ਉਹ ਨਹੀਂ ਕਰਦਾ, ਪਤਾ ਨਹੀਂ ਕਿਉਂ ਕੋਈ ਬੋਲ ਨਹੀਂ ਰਿਹਾ। ਨਾ ਹੀ ਤਾਂ ਕੋਈ, ਅਸੀਂ ਪਿੰਡ ਦੇ ਬੰਦਿਆਂ ਨਾਲ ਵੀ ਗੱਲ ਕੀਤੀ ਸੀਗੀ, ਸਾਫ਼ ਮਨਾ ਕਰ ਦਿੰਦੇ ਨੇ ਇਹਨਾਂ ਦੇ ਬਾਰੇ ਗੱਲਬਾਤ ਕਰਨ ਤੋਂ। ਅਤੇ ਆਪਾਂ ਨਾ ਇਹਨਾਂ ਦੇ ਪਰਿਵਾਰ ਨਾਲ ਕੋਈ ਕੰਟੈਕਟ ਹੋ ਨਹੀਂ ਸਕਿਆ, ਕੋਸ਼ਿਸ਼ ਕੀਤੀ ਸੀ ਕਰਨ ਦੀ। ਫਿਲਹਾਲ ਤੁਸੀਂ ਇਹ ਵੀਡੀਓ ਦੇਖੋ ਅਤੇ ਘਰ ਦੇਖੋ, ਅਤੇ ਬਾਕੀ ਪਰਿਵਾਰ ਨਾਲ ਜਾਂ ਪਿੰਡ ਦੇ ਲੋਕਾਂ ਨਾਲ ਜਿਵੇਂ ਸੰਭਵ ਹੁੰਦਾ ਆਪਾਂ ਤੁਹਾਡੀ ਗੱਲ ਆ ਜਿਹੜੀ ਡਿੰਪੀ ਚੰਦ ਭਾਨ ਬਾਰੇ ਜ਼ਰੂਰ ਕਰਵਾਵਾਂਗੇ।